ਅਸਲਾਮੁਅਲੈਕੁਮ ਕਰਦੇ ਆਂ ਜੀ ਨਵਾਂ ਵਿਲਾਗ ਸ਼ੁਰੂ ਦਸਵਾਂ ਵਿਲਾਗ ਸਾਰਿਆਂ ਤੋਂ ਪਹਿਲੇ ਵਾਰਮਅਪ ਸਾਈਡਵੇ ਸਕਾਈ ਜੰਪ ਟੱਚ ਡਾਉਨ ਐਂਡ ਰੋਲ ਇਹ ਵੀ ਵਾਰਮਅਪ ਦੀ ਐਕਸਰਸਾਈਜ਼ ਹੈ ਕੁਰਸੀ ਝੁੱਕ ਔਰ ਬੈਠ ਇਹਨੂੰ ਵੀ ਵਾਰਮਅਪ ਲਈ ਕਰਦੇ ਆਂ ਕਮਰ ਦੀ ਚਰਬੀ ਖਤਮ ਕਰਨ ਲਈ ਐब्स ਦਾ ਵਰਕਆਊਟ ਕਰਦੇ ਆਂ ਕ੍ਰਿੰਚਸ ਕਰਦੇ ਆਂ ਇਹ ਲੋਅਰ ਬੈਲੀ ਲਈ ਬੜੀ ਅੱਛੀ ਹੈ ਬਾਜ਼ੂ ਟ੍ਰੇਨ ਕਰਦੇ ਆ ਥੋੜਾ ਮਾਰ ਕੇ ਬਾਈਸੈਪ ਟ੍ਰੇਨ ਕਰਦੇ ਆ ਰਾਡ ਨਾਲ ਡੰਬਰ ਨਾਲ ਬਾਈਸੈਪ ਤੇ ਟ੍ਰਾਈਸੈਪ ਡੰਡ ਮਾਰਦੇ ਆ ਚੈਸਟ ਤੇ ਬਾਜ਼ੂ ਟ੍ਰੇਨ ਕਰਨ ਲਈ ਹਾਫ ਸਕਵਾਟ ਲਾਉਨੇ ਲੱਤਾਂ ਟ੍ਰੇਨ ਕਰਨ ਲਈ ਇਹ ਮੇਂ ਦੇਸੀ ਮਸ਼ੀਨ ਦੇ ਉੱਤੇ ਵਿੰਗਸ ਟ੍ਰੇਨ ਕਰਦੇ ਆ ਨਾਲ ਹੀ ਟ੍ਰਾਈਸੈਪ ਦੀ ਗੇਮ ਕਰਦੇ ਆ ਇਹ ਮੇਰੀ ਟਰਾਈਸੈਪ ਦੀ ਸਾਰਿਆਂ ਤੋਂ ਫੇਵਰਿਟ ਐਕਸਰਸਾਈਜ਼ ਹੈ ਬੜੀ ਪਸੰਦਾ ਮੈਨੂੰ ਤਾਂ ਬਹੁਤ ਅੱਛੀ ਐਕਸਰਸਾਈਜ਼ ਹੈ ਤੇ ਇਸ ਤੋਂ ਬਾਅਦ ਜਿਹੜੀ ਰੋਜ਼ਾਨਾ ਇੱਕ ਨਵੀਂ ਐਕਸਰਸਾਈਜ਼ ਵਿੱਚ ਸ਼ਾਮਲ ਕਰੀ ਦੀ ਹੈ ਅੱਜ ਆਪਾਂ ਕਰਨੀ ਹੈ ਕਮਰ ਦੀ ਐਕਸਰਸਾਈਜ਼ ਇਹਦੇ ਲਈ ਮੇਰੇ ਕੋਲ ਖਾੜੇ ਦੇ ਵਿੱਚ ਜਰਾ ਮਿੱਟੀ-ਸ਼ਿੱਟੀ ਹੁੰਦੀ ਹੈ ਇਸ ਲਈ ਥੱਲੇ ਗਰਾਊਂਡ ਸ਼ੀਟ ਵਿਛਾ ਲਈ ਹੈ ਗਰਾਊਂਡ ਸ਼ੀਟ ਵਿਛਾ ਕੇ ਤੇ ਇਹਦੇ ਉੱਤੇ ਗਰਾਊਂਡ ਸ਼ੀਟ ਦੇ ਉੱਤੇ ਤੁਸੀਂ ਪੇਟ ਦੇ ਬੱਲ ਲੇਟ ਜਾਣਾ ਇਹ ਗ੍ਰਾਹਿਤ ਤੇ ਜ਼ਮੀਨ ਤੇ ਬੈੱਡ ਵਗੈਰਾ ਤੇ ਵੀ ਤੁਸੀਂ ਆਰਾਮ ਨਾਲ ਇਹਨੂੰ ਕਰ ਸਕਦੇ ਹੋ ਫਰਸ਼ ਦੇ ਉੱਤੇ ਕਰ ਸਕਦੇ ਹੋ ਜਿੱਥੇ ਤੁਹਾਨੂੰ ਆਸਾਨ ਲੱਗਦਾ ਹੈ ਇਸ ਤਰ੍ਹਾਂ ਪੇੜ ਦੇ ਬਦ ਲੇਟ ਕੇ ਆਪਣੇ ਆਪ ਨੂੰ ਕੋਬਰਾ ਤਰ੍ਹਾਂ ਸੱਪ ਤਰ੍ਹਾਂ ਉੱਤੇ ਚੁੱਕਣਾ ਇਹਦੇ ਨਾਲ ਕਮਰ ਦੇ ਉੱਤੇ ਪ੍ਰੈਸ਼ਰ ਆਏਗਾ ਤੇ ਕਮਰ ਦੇ ਪੱਠੇ ਮਜ਼ਬੂਤ ਹੋਣਗੇ ਫालतू ਚਰਬੀ ਖਤਮ ਹੋਏਗੀ ਤੇ ਜਿਹੜੀ ਕੋਈ ਪੱਠਿਆਂ ਛੱਟਿਆਂ ਦੀ ਕਮਜ਼ੋਰੀ ਹੈ ਕਮਰਦਿਆਂ ਦੀ ਉਹ ਖਤਮ ਹੋ ਜਾਏਗੀ ਕਮਰ ਮਜ਼ਬੂਤ ਹੋ ਜਾਏਗੀ ਇਸ ਤੋਂ ਬਾਅਦ ਲੰਬੇ ਸਮੇਂ ਲੈ ਕੇ એનર્ਜੀ ਬਹਾਲ ਕਰਨੀ ਹੈ ਰਿਲੈਕਸ ਹੋਣਾ ਹੈ ਤੇ ਇੱਥੇ ਹੀ ਅੱਜ ਦਾ ਵਿਲਾਗ ਖਤਮ ਕਰ ਲਾ ਪੈਂ ਡੰਗਰਾਂ ਦਾ ਦਿਨ ਹੈ ਇਨਸ਼ਾਅੱਲਾ ਡੰਗਰਾਂ ਦੇ ਕਿਸੇ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ